विद्यार्थी दे वल्लों हेडमास्टर दे हमला किया गया है। आज चंडीगढ़ दे विच दो घंटे पढ़ाउणगे सरकारी अध्यापक, दोपहर 12 बजे तो 2 बजे तक नहीं पढ़ाउणगे सरकारी अध्यापक। ता ये हमला किया गया सी विद्यार्थी दे वल्लों ते उस दे रोस दे वजों ही जो अध्यापकां दे वल्लों ये फैसला लिया गया है। दोपहर 3 बजे सैक्टर 26 स्थित डीएसपी दफ्तर के बाहर धरना प्रदर्शन करेंगे अध्यापक। दरअसल बीते दिन एक 9वीं क्लास के विद्यार्थी के वलों अध्यापक के उपर हमला किया गया, सिर के उपर लोहे की रॉड के नाल हमला किया गया। गंभीर रूप के इस हमले च जख्मी हुए सन अध्यापक, जिस तो बाद उन्होंने दाखिल करवाया गया जेरे इलाज ने। वधेरे जानकारी दे लई मेरे नाल मेरे सहयोगी पवित कौर चंडीगढ़ तो लाइव जुड़ चुके ने। पवित, पूरा की मामला है, एक विद्यार्थी दे वल्लों अध्यापक दे उपर वार कीता गया सी, की अपडेट है पूरा? जी बिल्कुल रवनीत, देखो कल सैक्टर 19 दे गवर्नमेंट स्कूल दे विच जिहड़ा हादसा होया सी, जिहदे विच एक विद्यार्थी ने आक्रोश दे विच आके अपने हेडमास्टर दे उपर ही जो है हमला कर दिता सी। इस समय साडे नाल मौजूद ने डायरेक्टर स्कूल एजुकेशन HPS बराड़ जी, जो कि सवेरे स्कूल विजिट करके आए ने, टीचर्स नूं मिल के आए ने, प्रिंसीपल नूं मिल के आए ने। उन्हां दे नाल गलबात करदे आ ते जानण दी कोशिश करदे आ कि पूरा मामला की सी, की अंडरस्टैंडिंग सर दी है। सर की कुछ मामला सी, क्योंकि मामला बहुत ही असीं कह सकदे आ बहुत ही संजीदा है, क्योंकि एक बच्चे ने अपने ही प्रिंसिपल से वार किया है। की कुछ अपडेट्स जिहड़ियां ने तुहाडे कोल ने इस चीज़ के बारे? यस, जिवें तुसीं आख्या है, बड़ी मनपागनी इंसीडेंट है, वेरी इट्स अ वेरी हॉरिफिक इंसीडेंट, शुड नॉट हैव हैपेंड इन स्कूल्स, बट बी एज इट मे, ये दो स्कूल्स है, एडजॉइनिंग स्कूल सी के, ते बच्चा सीनियर सैकेंडरी स्कूल का सीगा 9th क्लास च, ते ओ ਅਡਜੋਇਨਿੰਗ ਵਾਲ ਕ੍ਰੋਸ ਕਰਕੇ ਗੇਟ ਦੇ ਥਰੂ ਉਹ ਛੋਟੇ ਸਕੂਲ 'ਚ ਆ ਗਿਆ ਸੀ, ਹਾਈ ਸਕੂਲ 'ਚ ਆ ਗਿਆ ਸੀਗਾ। ਸੋ ਪ੍ਰਿੰਸੀਪਲ ਹੈਡ ਆਸਕਡ ਹਿਮ ਟੂ ਗੋ ਬੈਕ ਟੂ ਹਿਸ ਪੇਰੈਂਟ ਸਕੂਲ, ਦੈਟ ਹੈਵ ਬੀਨ ਮੇਡ ਅਵੇਅਰ। ਇੰਨਾ ਦੋ ਤਿੰਨ ਦਿਨ ਪਹਿਲਾਂ ਕੁਛ ਐਸਾ ਹੋਇਆ ਸੀਗਾ, ਪ੍ਰੋਬਲੀ ਹੀ ਟੁੱਕ ਇਟ ਟੂ ਹਾਰਡ, ਸਮਥਿੰਗ ਟ੍ਰਿਗਰਡ, ਸਮਥਿੰਗ ਟ੍ਰਿਗਰਡ, ਐਂਡ ਅਚਾਨਕ ਉਹਨੇ ਹਮਲਾ ਕਰਤਾ। ਅਤੇ ਸਰ ਅੱਜ ਤੁਸੀਂ ਸਕੂਲ ਨੂੰ ਵੀ ਮਿਲ ਕੇ ਆਏ ਹੋ, ਬੱਚੇ ਦੇ ਅਗੇਂਸਟ ਕੀ ਕੁਛ ਐਕਸ਼ਨਸ ਲਏ ਜਾ ਰਹੇ ਨੇ, ਪ੍ਰਿੰਸੀਪਲਸ ਦੇ ਨਾਲ ਕੀ ਕੁਛ ਗੱਲਬਾਤ ਹੋਈ ਹੈ? ਮੈਂ ਕੱਲ੍ਹ ਵੀ ਗਿਆ ਸੀਗਾ ਸਕੂਲ, ਮੈਂ ਬੀਂਗ ਡਾਇਰੈਕਟਰ ਮੇਰਾ ਫਰਜ਼ ਵੀ ਬਣਦਾ ਸੀ, ਅਤੇ ਮੈਂ ਫਿਰ ਅੱਜ ਸਵੇਰੇ ਜਦੋਂ ਸਕੂਲ ਖੁੱਲ੍ਹਿਆ 8:30 ਵਜੇ ਮੈਂ ਉਦੋਂ ਵੀ ਚਲਾ ਗਿਆ ਸੀ ਸਕੂਲ। ਆਈ ਜਸਟ ਸੈਟ ਵਿਦ ਦੀ ਟੀਚਰਸ, ਰੀਅਸ਼ੋਰਡ ਦੈਮ ਆਫ ਮਾਈ ਸਪੋਰਟ ਐਂਡ ਦੀ ਐਡਮਿਨਿਸਟ੍ਰੇਸ਼ਨ ਸਪੋਰਟ, ਵੀ ਆਰ ਆਲਵੇਜ਼ ਦੇਅਰ ਫੋਰ ਦੈਮ, ਐਂਡ ਵੀ ਵਿਲ ਡੂ ਆਲ ਵੀ ਕੈਨ, ਜਿੰਨਾ ਵੀ ਅਸੀਂ ਕਰ ਸਕੇ ਟੂ ਇਨਸ਼ੋਰ ਦੀ ਸਕੂਲ ਸ਼ੁੱਡ ਰਿਮੇਨ ਸੇਫ ਫੋਰ ਸਟੱਡੀਜ਼ ਐਂਡ ਫੋਰ ਐਜੂਕੇਸ਼ਨ, ਐਂਡ ਸੱਚ ਇੰਸਟੈਂਸ ਆਰ ਨੋਟ ਟੋਲਰੇਟਡ ਐਟ ਆਲ, ਐਂਡ ਦੀ ਸ਼ੈਲ ਬੀ ਸਨੱਬਡ ਦ ਬੈਸਟ ਵੀ ਕੈਨ। ਅਤੇ ਸਰ ਬੱਚੇ ਦੇ ਅਗੇਂਸਟ ਕੀ ਕੁਛ ਐਕਸ਼ਨਸ ਜਿਹੜੇ ਨੇ, ਉਹਨੂੰ ਜੁਵੇਨਾਈਲ ਸੈਂਟਰ ਤੇ ਆਲਰੇਡੀ ਭੇਜਿਆ ਜਾ ਚੁੱਕਿਆ, ਹੋਰ ਸਕੂਲ ਤੋਂ ਵੀ ਕੀ ਕੁਛ ਐਕਸ਼ਨਸ, ਕੀ ਉਹਨੂੰ ਸਕੂਲ ਤੋਂ ਕੱਢ ਦਿੱਤਾ ਗਿਆ, ਕਿਹੋ ਜਿਹਾ ਪ੍ਰੋਸੀਜਰ ਜਿਹੜਾ ਅੱਗੇ ਰਹੂਗਾ? ਬੱਚੇ ਨੂੰ ਆਈ ਬੀਨ ਟੋਲਡ ਵੀ ਜੁਵੇਨਾਈਲ ਹੋਮ 'ਚ ਲੈ ਗਏ ਹੈ, ਅਤੇ ਪੁਲਿਸ ਇਜ਼ ਲੁਕਿੰਗ ਇਨ ਟੂ ਦ ਮੈਟਰ, ਆਈ ਵਿਲ ਨੋਟ ਸੇ ਐਨੀਥਿੰਗ ਫਰਦਰ ਇਨ ਦਿਸ, ਆਈ ਵਿਲ ਵੇਟ ਫੋਰ ਦੀ ਪੁਲਿਸ ਇਨਵੈਸਟੀਗੇਸ਼ਨ, ਬਟ ਅੰਟਿਲ ਦੈਟ ਟਾਈਮ ਬੱਚਾ ਸਕੂਲ ਨਹੀਂ ਆਊਗਾ। ਵੀ ਟੋਲਡ ਦੀ ਪੇਰੈਂਟਸ ਦੈਟ ਦੀ ਸਟੂਡੈਂਟ ਸ਼ੁੱਡ ਨੋਟ ਬੀ ਅਟੈਂਡਿੰਗ ਸਕੂਲ, ਐਂਡ ਜੋ ਵੀ ਡਿਸੀਜਨ ਹੁਣ ਲੈਣਾ ਹੈ, ਜੋ ਕਾਰਵਾਈ ਕਰਨੀ ਹੈ, ਹੁਣ ਪੁਲਿਸ ਦੀ ਕਾਰਵਾਈ ਤੋਂ ਬਾਅਦ ਅਸੀਂ ਲਵਾਂਗੇ ਜੀ। ਸਰ ਅੱਜ ਟੀਚਰਸ ਨੇ ਧਰਨਾ ਪ੍ਰਦਰਸ਼ਨ ਦਾ ਵੀ ਕਿਹਾ ਹੈ ਕਿ ਉਹ 12 ਤੋਂ 2 ਵਜੇ ਤੱਕ ਜੋ ਹੈ DSP ਆਫਿਸ 26 ਸੈਕਟਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ, ਆਪਣੀ ਇਕਜੁੱਟਤਾ ਦੱਸਣਗੇ, ਕਿ ਉਸ ਬਾਰੇ ਤੁਹਾਡੇ ਨਾਲ ਕੋਈ ਗੱਲ ਹੋਈ ਹੋਵੇ ਟੀਚਰਸ ਦੀ? ਟੀਚਰਸ ਦੀ ਤਾਂ ਨਹੀਂ ਗੱਲ ਹੋਈ, ਆਈ ਮੀਨ ਮੈਂ ਤਾਂ ਗਿਆ ਸੀ ਉਹਨਾਂ ਨੂੰ ਸਿਰਫ ਰੀਅਸ਼ੋਰ ਕਰਨ ਵਾਸਤੇ, ਵੀ ਆਈ ਸੈਟ ਵਿਦ ਦੈਮ ਫੋਰ ਇੱਕ ਆਈ ਥਿੰਕ ਘੰਟਾ ਕੁ ਬਹਿ ਕੇ ਉਹਨਾਂ ਨਾਲ ਰੀਅਸ਼ੋਰ ਕੀਤਾ, ਦੈਟ ਆਫ ਮਾਈ ਸਪੋਰਟ ਐਂਡ ਦੀ ਐਡਮਿਨਿਸਟ੍ਰੇਸ਼ਨ ਸਪੋਰਟ, ਐਂਡ ਦੇ ਵਰ ਵੈਰੀ ਥੈਂਕਫੁਲ ਫੋਰ ਦੈਟ। ਐਂਡ ਜੇ ਉਹਨਾਂ ਨੇ ਕੋਈ ਆਪਦਾ ਕੋਈ ਧਰਨਾ ਪ੍ਰਦਰਸ਼ਨ ਕਰਨੀ ਹੈ, ਆਈ ਮੀਨ ਦੇ ਆਰ ਬਿਲਕੁਲ ਰਵਨੀ, ਤੁਸੀਂ ਦੇਖਿਆ ਕਿ ਡਾਇਰੈਕਟਰ ਸਕੂਲ ਐਜੂਕੇਸ਼ਨ ਉਹਨਾਂ ਦਾ ਵੀ ਕਹਿਣਾ ਇਹ ਹੈ ਕਿ ਉਹ ਸਕੂਲ ਵਿਜ਼ਿਟ ਕਰਕੇ ਆਏ ਨੇ, ਬੱਚੇ ਦੇ ਅਗੇਂਸਟ ਇਹੀ ਐਕਸ਼ਨ ਲਿਆ ਗਿਆ ਜੋ ਸਕੂਲ ਐਜੂਕੇਸ਼ਨ ਦੇ ਵੱਲੋਂ, ਕਿ ਬੱਚਾ ਉਦੋਂ ਤੱਕ ਸਕੂਲ ਨਹੀਂ ਆਊਗਾ ਜਦੋਂ ਤੱਕ ਫਰਦਰ ਇਨਵੈਸਟੀਗੇਸ਼ਨ ਜਿਹੜੀ ਕਲੀਅਰ ਨਹੀਂ ਹੁੰਦੀ। ਬੱਚੇ ਨੂੰ ਜੁਵੇਨਾਈਲ ਸੈਂਟਰ ਭੇਜ ਦਿੱਤਾ ਗਿਆ ਹੈ, ਕਹਿ ਸਕਦੇ ਹਾਂ ਕਿ ਇੱਕ ਐਕਸ਼ਨ ਜਿਹੜਾ ਐਡਮਿਨਿਸਟ੍ਰੇਸ਼ਨ ਵੱਲੋਂ, ਪੁਲਿਸ ਵੱਲੋਂ ਅਤੇ ਸਾਰੇ ਹੀ ਪਾਰਟੀਜ਼ ਜੋ ਇਹਦੇ ਵਿੱਚ ਇਨਵੋਲਵ ਸੀਗੀਆਂ ਸਾਰਿਆਂ ਵੱਲੋਂ ਲਿਆ ਗਿਆ ਹੈ। ਪ੍ਰਿੰਸੀਪਲ ਦੀ ਜੇਕਰ ਅਸੀਂ ਗੱਲ ਕਰੀਏ, ਉਹਨਾਂ ਦੇ 6 ਟਾਂਕੇ ਜਿਹੜੇ ਆਏ ਨੇ ਉਹ ਇਸ ਸਮੇਂ ਬਿਲਕੁਲ ਸੇਫ ਨੇ, ਆਪਣੇ ਘਰ ਠੀਕ ਨੇ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਜੋ ਪ੍ਰਦਰਸ਼ਨ ਹੋਊਗਾ, ਸਰ ਦਾ ਵੀ ਇਹੀ ਕਹਿਣਾ ਡਾਇਰੈਕਟਰ ਸਕੂਲ ਐਜੂਕੇਸ਼ਨ ਦਾ ਕਿ ਟੀਚਰਸ ਦਾ ਰਾਈਟ ਹੈ, ਉਹ ਧਰਨਾ ਪ੍ਰਦਰਸ਼ਨ ਕਰ ਸਕਦੇ ਆ, ਬਟ ਸਰ ਨੇ ਅੱਜ ਜੋ ਮੀਟਿੰਗ ਕੀਤੀ ਹੈ ਸਕੂਲ ਜਾ ਕੇ, ਉਹਦੇ ਵਿੱਚ ਵੀ ਇਹੀ ਕਿਹਾ ਹੈ ਕਿ ਸਕੂਲ ਇੱਕ ਇਹੋ ਜਿਹਾ ਸੇਫ ਪਲੇਸ ਹੈ ਜਿੱਥੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨਹੀਂ ਹੋਣਗੀਆਂ।
ਤਾਂ ਬਿਲਕੁਲ ਪਵਿੱਤ ਜੇ ਦੇਖਿਆ ਜਾਵੇ ਤਾਂ ਕੀ ਕੋਈ ਜਾਣਕਾਰੀ ਮਿਲ ਪਾਈ ਹੈ ਕਿ ਆਖਿਰਕਾਰ ਵਿਦਿਆਰਥੀ ਦੇ ਵੱਲੋਂ ਅਜਿਹਾ ਕਦਮ ਕਿਉਂ ਚੁੱਕਿਆ ਗਿਆ ਸੀ ਕਿ ਨੌਬਤ ਆ ਗਈ ਕਿ ਇੱਕ ਹੈਡਮਾਸਟਰ ਦੇ ਉੱਪਰ ਜਾਨਲੇਵਾ ਹਮਲਾ ਹੋਇਆ देखो रवनीत जिदा कि डायरेक्टर साहब ने दस्सिया कि दो तीन दिन पहला और बच्चा जिहड़ा दूजे स्कूल का सीगा वह दवार टप के सीनियर सैकेंडरी स्कूल आया सी जिन्हों प्रिंसीपल जो है उन्होंने नोटिस किया उन्होंने बच्चे नू वापस अपने स्कूल से जाने लिए कहा बच्चे ने वह गल दिल से ला ली है तो उस हो सकता है कि उही मैंटल ट्रॉमा जो वो दिमाग दे विच चल रहा है कि मैनू इन्होंने बेइज्जती करती मैनू सारे सामने किदा कहता वो चीज़ बच्चा अपने दिमाग दे विच लै के वह कल आया तो उन्हें अचानक ही बिना किसी क्योंकि कल यह चीज़ हो ही नहीं है कल कोई बहस हो ही नहीं सी दो दिन पहला दा मामला जिहड़ा दस्या जा रहा है ते दो दिन बाद दे बच्चे ने जो एक्शन लिया उन्हें अपने जो प्रिंसिपल सीगे दूजे स्कूल दे उन्हां दे उपर जो है रॉड दे नाल हमला कीता है जी बहुत बहुत शुक्रिया पवित तमाम जानकारी सांझी करन दे लई तां हुण अध्यापकां दे वल्लों ऐलान कीता गया है कि उस स्कूल दे विच नहीं पढ़ाउणगे धरना प्रदर्शन की करनगे।